ਪਲੇਅਰ ਨੂੰ ਦਰਸ਼ਕਾਂ ਦਾ ਦਿਲ ਜਿੱਤਣ ਲਈ ਖੇਡਣਾ ਚਾਹੀਦਾ ਕਿ ਮੈਚ ਜਿੱਤਣ ਲਈ ਖੇਡਣਾ ਚਾਹੀਦਾ? ਕਿੱਟੀ ਵਾਲੇ ਕਹਿੰਦੇ ਜਾਂ ਫਿਰ ਅਸੀਂ ਉਹ ਰੱਦ ਕਰ ਦਿੰਦੇ ਆ ਜਾਂ ਕਢਾ ਲਓ। ਪਿੱਛੇ ਰੌਲਾ ਪਾਉਂਦੇ ਯਾਰ ਇਹਨੂੰ। ਸਾਡੇ ਕਹਿੰਦੇ ਸਮਰਾ ਸਾਹਿਬ ਸੁਖਮੰਦਰ ਸਿੰਘ ਬਾਈ ਦੇ ਪਿੰਡਾਂ ਦਾ ਪਰ ਆ ਕਹਿੰਦੇ ਸਭਰਾਵਾਂ ਕੈਨੇਡਾ ਦੇ ਮੈਦਾਨਾਂ ਵਿੱਚ ਬਾਹਲਾ ਤਗੜਾ ਖੇਡਿਆ ਆ ਗਰਵਾਲ ਦੇ ਪਿੰਡ ਦਾ ਖਿਡਾਰੀ ਇਸ ਨੇ ਪਹਿਲੀਆਂ ਦੇ ਵਿੱਚ। ਵੀ ਪਿਆਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ ਸਾਰਿਆਂ ਦਾ? ਮੈਂ ਤੁਹਾਡਾ ਹਰਮਨ ਪਿਆਰਾ ਰਾਜਾ ਚੋਲ ਵਾਲਾ ਲੈ ਕੇ ਆ ਗਿਆ ਜੀ ਇੱਕ ਹੋਰ ਸ਼ਾਨਦਾਰ ਵਲੋਗ। ਅਤੇ ਅੱਜ ਆਪਾਂ ਚੱਲੇ ਹਾਂ ਸ਼ੋਅ ਮੈਚ, ਅਤੇ ਸ਼ੋਅ ਮੈਚ ਵੀ ਕਾਫੀ ਜ਼ਿਆਦਾ ਤਕੜਾ ਹੋਣ ਜਾ ਰਿਹਾ। ਅਤੇ ਬੈਠੇ ਬੈਠੇ ਮੈਂ ਅੱਜ ਸੋਚਣ ਦਿਆ ਹਾਂ ਸਭ ਤੋਂ ਜ਼ਿਆਦਾ ਖੁਸ਼ਕਿਸਮਤ ਕਬੱਡੀ ਦੇ ਪ੍ਰੇਮੀ ਕਿਹੜੇ ਆ ਇਸ ਵਕਤ, ਫਿਲਹਾਲ ਕਿਹੜੇ ਚੱਲਣ ਦੇ ਆ? ਸੋਚ ਦੱਸੋ ਜ਼ਰਾ, ਸੋਚ ਲਿਆ? ਆਇਆ ਦਿਮਾਗ 'ਚ? ਜੇ ਨਹੀਂ ਆਇਆ ਤਾਂ ਮੈਂ ਦੱਸਦਾ, ਸਭ ਤੋਂ ਵੱਧ ਜਿਹੜੇ ਖੁਸ਼ਕਿਸਮਤ ਕਬੱਡੀ ਦੇ ਪ੍ਰੇਮੀ ਇਸ ਵਕਤ ਜਿਹੜੇ ਚੱਲਣ ਦੇ ਆ ਉਹ ਹੈਗੇ ਆ ਜੀ ਨਿਊਜ਼ੀਲੈਂਡ ਵਾਲੇ। ਤੁਹਾਨੂੰ ਪਤਾ ਨਿਊਜ਼ੀਲੈਂਡ ਕਿੱਡਾ ਤਕੜਾ, ਜ਼ਿਆਦਾ ਮਤਲਬ ਪੂਰਾ ਲੇਵਲ ਦਾ, ਚੋਟੀ ਦੇ ਲੇਵਲ ਦਾ ਜਿਹੜਾ ਕੱਪ ਹੋਣ ਜਾ ਰਿਹਾ, ਅਤੇ 18-19 ਤਰੀਕ ਆ ਸ਼ਾਇਦ। ਅਤੇ ਮਤਲਬ ਕੀ ਕਹਿ ਸਕਦੇ ਹੁਣ, ਹਰ ਕੋਈ ਮਤਲਬ ਸਟਾਰ, ਸੁਪਰ ਸਟਾਰ, ਚੈਂਪੀਅਨ, ਲੈਜੈਂਡ ਸਾਰੇ ਹੀ ਉੱਥੇ ਪਹੁੰਚੇ ਆ ਵੀ ਬੜਾ ਹੀ ਤਕੜਾ ਕੱਪ ਹੋਣ ਜਾਂਦਾ। ਪਕੌੜੇ ਖਵਾ ਦੋ ਸਤੇ, ਥੈਂਕ ਯੂ ਜੀ। ਬ੍ਰੈਡ ਪਕੌੜੇ ਆ ਗਏ, ਗਰਮੀਆਂ ਦੇ ਮਜ਼ੇ ਆ ਜਾ ਗਏ, ਗਰਮ ਗਰਮ। ਆਹ ਕੰਬੀਨੇਸ਼ਨ ਦੀ ਰੀਸ ਸਟਾਰਬਕਸ ਕਿੱਥੋਂ ਕਰ ਲੂਗਾ, ਕਿੱਥੋਂ ਕਰ ਲੂ ਮੈਕਡੋਨਲਡ, ਅਤੇ ਕਿੱਥੋਂ ਕਰ ਲੂਗਾ ਟੈਮ ਹੋਟਲ। ਆਪਾਂ ਚੱਲਣ ਮੈਚ 'ਤੇ, ਆਉਣ ਰੇਡੀਓ ਹੋ ਚੁੱਕੇ। ਹੁਣ ਆ ਜਾਏਗੀ ਜੀ, ਤੁਹਾਨੂੰ ਪੁੱਛਣੀ ਸੀ ਅੱਜ ਦੇ ਸਮੇਂ ਦੇ ਵਿੱਚ ਪਲੇਅਰ ਨੂੰ ਦਰਸ਼ਕਾਂ ਦਾ ਦਿਲ ਜਿੱਤਣ ਲਈ ਖੇਡਣਾ ਚਾਹੀਦਾ ਕਿ ਮੈਚ ਜਿੱਤਣ ਲਈ ਖੇਡਣਾ ਚਾਹੀਦਾ? ਮੈਚ ਵੀ ਜਿੱਤੋ, ਹਾਂਜੀ, ਅਤੇ ਲੋਕ ਜੇ ਪਿਆਰ ਕਰਦੇ ਆ ਨਾ, ਹਾਂਜੀ, ਉਹਨਾਂ ਨੂੰ ਪਿਆਰ ਵੀ ਦੇਣਾ ਚਾਹੀਦਾ। ਹਾਂਜੀ, ਇੱਕ ਪਲੇਅਰ ਦੇ ਨਾਲ ਨਾਲ ਇੱਕ ਇਨਸਾਨ ਚੰਗਾ ਹੋਣਾ ਬੜਾ ਜ਼ਰੂਰੀ ਹੈ। ਮੈਂ ਪਲੇਅਰ ਤਕੜਾ, ਜੇ ਮੈਂ ਇਨਸਾਨ ਨਹੀਂ ਵਧੀਆ, ਹਾਂਜੀ, ਫਿਰ ਉਹ ਗੱਲ ਨਹੀਂ ਬਣਦੀ, ਪਿਆਰ ਨਹੀਂ ਮਿਲਣਾ, ਨਾ ਉਹ ਪਿਆਰ ਨਹੀਂ ਮਿਲਣਾ। ਹੁਣ ਆਪਾਂ ਨੂੰ ਲੋਕੀ ਪਿਆਰ ਕਰਦੇ ਆ ਨਾ, ਹਾਂਜੀ, ਅਤੇ ਆਹ ਵੇ ਹੁਣ ਵਾਹਣਾ ਜੇ ਤੁਰੇ ਫਿਰਦੇ ਆਪਣੇ ਕਰਕੇ ਤੁਰੇ ਫਿਰਦੇ, ਪਿਆਰ ਜੇ ਆਪਾਂ ਦੇਵਾਂਗੇ ਕਿਸੇ ਨੂੰ ਤੇ ਉਹ ਪਿਆਰ ਲੈਣਗੇ ਆਪਣੇ। ਹਾਂਜੀ, ਹੋਰ ਫੋਟੋ ਖਿੱਚਣੀ? ਹਾਂਜੀ, ਫੋਟੋ ਆ ਜਾਓ ਆ ਜਾਓ। ਹੁਣ ਢੋਲਾ ਵਾਲੇ ਆ ਜਾਓ, ਵੀਰ ਬਣ ਕੇ ਲੱਗ ਗਈ ਹਾਜ਼ਰੀ, ਇੱਧਰ ਆ ਜਾਓ। ਹੁਣ ਟੀ ਦੇ ਮਾਲਾ ਗਏ ਬਾਈ, ਥੋੜਾ ਗਰਾਊਂਡ ਚੋਂ ਬਾਹਰ ਨੂੰ ਆ ਜਾਈਏ ਆਪਾਂ, ਇੱਧਰ ਜਿਹੜੇ ਵੀਰ ਆ ਗਰਾਊਂਡ ਦੇ ਅੰਦਰ ਇੱਕ ਕਲੀ ਵਾਲਾ ਭਰਾ ਨੂੰ ਜ਼ਿੰਮੇਵਾਰੀ ਸਾਂਭੇਗਾ, ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਪਹਿਲੀ ਰੇਡ ਲੋਗਨ ਵਾਲੇ ਅਰਸ਼ ਨੇ ਪਾ ਦਿੱਤੀ ਹੈ। ਸਨਮਾਨ ਬੁਲਟ ਮੋਟਰਸਾਈਕਲ ਦੇ ਨਾਲ ਹੋਣਾ ਹੈ। ਅਰਲੀ ਗਲੀ ਤੇ ਵੇਖੀਏ ਸੁੱਚੇ ਸੂਰਮੇ ਦੇ ਪਿੰਡਾਂ ਦਾ, ਕਹਿੰਦੇ ਸੱਤੀ ਸਮਾਓ ਪਿੰਡ ਵਾਲਾ ਨਾਲ ਕੋਟੇ ਦਾ ਸ਼ੀਰਾ ਹੈ, ਅਰਲੀ ਗਲੀ ਤੇ ਤਾਰੀ ਵਾਲਾ ਕਾਲਾ ਭੋ ਮੇਰੇ ਮਿੱਤਰੋ, ਕਬੱਡੀ ਕਬੱਡੀ ਘਰ ਦਾ ਅੱਗੇ ਨੂੰ ਵਧ ਗਿਆ ਖੇਡ ਦੇ ਮੈਦਾਨ ਵਿੱਚ, ਚਾਰ ਨੇ ਹੁਣ ਦੇਖਾਂਗੇ, ਚਾਰਾਂ ਦੇ ਵਿੱਚੋਂ ਫਰੰਦੀ ਪ੍ਰਿਆ ਗੋਪੀ ਦੁਨੀਆਂ ਦਾ ਪ੍ਰਸਿੱਧ ਕਬੱਡੀ ਖਿਡਾਰੀ ਹੈ। ਆਹ ਟੱਕਰ ਇਸ ਵੇਲੇ ਪੱਲੇ 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 ਪੱਲੇ, ਆਹ ਮੁੰਡਾ ਕਹਿੰਦੇ ਮਾਲਵੇ ਵਾਲਾ ਹੈ, ਮਾਲਵੇ ਵਾਲੀ ਦੀ ਜਾਂ ਤਾਂ ਤੁਸੀਂ ਆਪ ਇੱਕ ਬੰਦਾ ਲਾ ਲਓ, ਇੱਥੇ ਬਾਈਆਂ ਨੂੰ ਪਤਾ ਨਹੀਂ ਲੱਗਦਾ, ਸਮੇਂ ਰੋਕ ਲਾ ਮੈਚ ਪਲੀਜ਼ ਯਾਰ, ਮੁੜ ਕੇ ਐਵੇਂ ਰੁਪਈਆ 51-5100 ਬੜੇ ਮਾਣ ਵਾਲੀ ਗੱਲ ਹੈ, ਰੌਲਾ ਪੈਂਦਾ ਫਿਰੂਗਾ, ਅਤੇ ਆਪਾਂ ਮੀਰਪੁਰੀਆ ਇੱਕ ਵਾਰੀ ਮੈਚ ਰੋਕ। ਉੱਧਰੋਂ ਸਾਡੇ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਪੰਚਾਇਤ ਸੈਕਟਰੀ, ਸਾਡੇ ਪੰਚਾਇਤ ਮੰਤਰੀ ਬਹੁਤ ਸਤਿਕਾਰਯੋਗ ਨੇ, ਨਾਲ ਸਰਦਾਰ ਸੁਰਜੀਤ ਸਿੰਘ ਜੀ ਪੰਗਾਲਾ ਆਮ ਪਾਰਟੀ ਤੋਂ, ਸੋਸ਼ਲ ਮੀਡੀਆ ਵਰਕਰ ਸਰਕਾਰ ਦੇ ਯੋਗ ਨੇ ਬਹੁਤ ਵੱਡਾ ਪਿਆਰ ਪੁੱਜਦਾ ਕੀਤਾ। ਉੱਧਰ ਸਾਡੇ ਹਰਪਾਲ ਜੀ ਆ ਪੰਜਾਬ ਰੋਡਵੇਜ਼ ਵਾਲੇ,
ਤੇ ਨਾਲ ਬਲਜੀਤ ਸਿੰਘ ਜੀ ਸਾਡੇ ਪੰਜਾਬ ਰਾਜ ਬਿਜਲੀ ਬੋਰਡ ਵਾਲੇ ਉਹਨਾਂ ਦਾ ਨਾਇਓ ਨੇ ਇਸ ਵੇਲੇ ਕਬੱਡੀ ਕਬੱਡੀ ਘਰ ਦਾ ਵੱਧ ਗਿਆ ਖੇਡ ਦੇ ਮੈਦਾਨ ਦੇ ਵਿੱਚ ਤੁਹਾਡੀਆਂ ਦੁਆਵਾਂ ਦੇ ਨਾਲ ਆ ਮੁੰਡੇ ਨੇ ਵਾਪਸੀ ਵੀ ਤਗੜੀ ਕੀਤੀ ਹੈ ਔਰ ਕਹਿੰਦੇ ਨਿਊਜ਼ੀਲੈਂਡ ਦੇ ਵਰਲਡ ਕੱਪ ਦੇ ਵਿੱਚ ਆ ਮੁੰਡੇ ਨੇ ਕਬੱਡੀਆਂ ਪਾਉਣੀਆਂ ਜਿਹੜੇ ਤੇ ਬੰਨਿਆ ਚਿੱਟਾ ਰਮਾਲ ਮੁੰਡੇ ਦੀ ਸ਼ਾਨ ਦੇ ਵਿੱਚ ਵਾਧਾ ਕਰਦਾ ਹੈ ਇਸ ਵੇਲੇ ਕਬੱਡੀ ਪਾਈ ਹੋਈ ਹੈ ਆ ਸੰਭਾਲ ਵਾਲਾ ਸੱਤੀ ਕਹਿੰਦੇ ਖੁੱਤੀ ਪਾਈ ਹੋਈ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਅੱਜ 12 ਕੁ ਵਜੇ ਗਾਣਾ ਆਇਆ ਉਸ ਨਾਲ ਜੁੜਨ ਦਾ ਤੇ ਕਹਿੰਦੇ ਮਿਲੀਅਨ ਦੇ ਵਿੱਚ ਜਿਹੜੀਆਂ ਵਿਊਜ਼ ਗਏ ਸਿੱਧੂ ਮੂਸੇ ਵਾਲੇ ਨੂੰ ਇਧਰਲੀ ਸਾਈਡ ਪਾਈ ਹੋਈ ਕਬੱਡੀ ਹੈ ਉਧਰਲੀ ਸਾਈਡ ਪਾਈ ਹੋਈ ਰੇਡ ਕਹਿੰਦੇ ਚੂੜ ਚੱਕ ਦਾ ਮੋਟਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਔਰ ਚਾਰ ਨੇ ਚੌਹਾਂ ਵਿੱਚੋਂ ਪਾਈ ਲੱਗੂ ਦੀ ਧਰਤੀ ਦਾ ਪ੍ਰੀਤ ਮੇਰੇ ਮਿੱਤਰੋ ਫੈਸਲਾ ਕਰ ਗਿਆ ਵੀ ਨੰਬਰ ਕਹਿੰਦੋ ਦੁਨੀਆ ਦੇ ਵਿੱਚ ਬੜਾ ਵੱਡਾ ਉਧਰ ਕਹਿੰਦੇ ਘੋੜੀ ਬੜਾ ਹਰਮਨ ਹੈ ਮਾਝੇ ਦੇ ਮਾਲਵੇ ਦੀ ਟੱਕਰ ਆ ਨੰਬਰ ਦਿਲਸ਼ੇਰ ਆਪਣੀ ਟੀਮ ਲਈ ਦਵੀਰ ਸਿੰਘ ਜੀ ਜੁਕੇ ਉਹਨਾਂ ਵੱਲੋਂ ਵੱਡੇ ਪੱਧਰ ਤੇ ਵੱਡਾ ਸਨਮਾਨ ਜਿਹੜਾ ਕੀਤਾ ਜਾਵੇਗਾ ਬਾਬਾ ਗੁਰਤੇਜ ਸਿੰਘ ਜੀ ਹੈ ਸਰਦਾਰ ਸੋਹਣ ਸਿੰਘ ਜੀ ਹੈ ਮੀਤ ਪ੍ਰਧਾਨ ਪ੍ਰੇਮ ਸਿੰਘ ਜੀ ਤੇ ਸਾਡੇ ਸਰਜੀਤ ਸਿੰਘ ਜੀ ਨਾਲ ਬਲਜੀਤ ਸਿੰਘ ਜੀ ਸਾਡੇ ਸਤਿਕਾਰਯੋਗ ਤੇ ਨਾਲ ਧੰਨਵਾਦ ਕਰਦੇ ਹਾਂ ਸਾਡੇ ਵੀਰ ਨੇ ਭਾਈ ਗੁਰਦੇਵ ਸਿੰਘ ਜੀ ਤਰਗਾ ਸਾਹਿਬ ਦਾ ਵੀ ਸਤਿਕਾਰ ਰਿੰਦਰ ਪੈਂਦੀ ਰੇਡ ਤੇ ਕਰੀ ਸੋਹਣਿਆ ਗੱਲ ਨਾ ਇਧਰਲੀ ਸਾਈਡ ਕਬੱਡੀ ਪੈ ਗਈ ਹੈ ਰਾਜੂ ਪੁਲਸੀ ਆਖਦਾ ਹੈ ਜੇਕਰ ਆਹ ਨੌਜਵਾਨ ਜੱਫਾ ਲਾਵੇਗਾ ਤੇ 500 ਮਾਮਲੋ ਸੁੱਖ ਭੰਗਾਲੇ ਵਾਲੇ ਨੂੰ ਅੱਜ 11,000 ਦੀ ਨਗਦੀ ਰਾਸ਼ੀ ਦੇ ਕੇ ਵੱਡਾ ਮਾਨ ਸਨਮਾਨ ਦਿੱਤਾ ਜਾਵੇਗਾ ਆਹ ਕਬੱਡੀ ਪੈ ਗਈ ਹੈ ਸੋਹਣਾ ਵਾਲੇ ਹਿੰਦੇ ਦੀ ਇਸ ਸਾਲ ਕਹਿੰਦੇ ਗਰਲਾਲ ਕੈਨੇਡਾ ਦੇ ਮੈਦਾਨਾਂ ਦੇ ਵਿੱਚ ਬੜਾ ਤਗੜਾ ਖੇਡਿਆ ਆਹ ਗਰਲਾਲ ਦੇ ਪਿਓ ਦਾ ਖਿਡਾਰੀ ਇਸ ਵੇਲੇ ਪਹਿਲੀਆਂ ਦੇ ਵਿੱਚ ਧਰਮਕੋਟ ਦੀ ਬੁੱਕਲ ਦੇ ਵਿੱਚ ਸਾਡੇ ਕਹਿੰਦੇ ਸਮਰਾ ਸਾਹਿਬ ਸੁਖਮੰਦਰ ਸਿੰਘ ਬਾਈ ਦੇ ਪਿੰਡਾਂ ਦਾ ਪਰ ਆ ਕਹਿੰਦੇ ਸਭਰਾਵਾਂ ਵਾਲਾ ਹੈਪੀ ਕਮਾਲ ਕਰ ਗਿਆ ਫਰੰਦੀਪੁਰੀਏ ਦੇ ਕਹਿੰਦੇ ਫਰੰਦੀਪੁਰੀਏ ਨੇ ਮਾਨਸੇ ਤੋਂ ਸੱਦਿਆ ਇਹ ਭਾਂਦੜੇ ਦੋਗੜੇ ਪਿੰਡ ਵਾਲਾ ਮੇਰੇ ਮਿੱਤਰੋ ਕਬੱਡੀ ਪਾਉਣ ਲਈ ਵਧਿਆ ਹੋਇਆ ਬੇਨਤੀ ਹੈ ਗਰਾਊਂਡ ਕਲੀਅਰ ਕਰ ਦਿੱਤੀ ਹੈ ਐਵੇਂ ਹੱਥ ਜੋੜ ਕੇ ਬੇਨਤੀ ਹੈ ਆ ਜਿਹੜੇ ਮਾਨਸੇ ਦੇ ਸਿਰੇ ਸੋਨੀ ਕਬੱਡੀ ਪਾ ਰਿਹਾ ਹੈ ਟੱਕਰ ਰੇ ਸੀਰੇ ਦੇ ਨਾਲ ਆ ਗੋਡਣੇ ਵਾਲਾ ਇਸ ਵੇਲੇ ਕੋਸ਼ਿਸ਼ ਕੀਤੀ ਵਾਲੇ ਕਹਿੰਦੇ ਜਾਂ ਫਿਰ ਅਸੀਂ ਉਹ ਰੱਦ ਕਰ ਦਿੰਦੇ ਆ ਜਾਂ ਕਢਾ ਲਓ ਪਿੱਛੇ ਰੌਲਾ ਪਾਉਂਦੇ ਯਾਰ ਇਹਨੂੰ ਬੱਚੇ ਨੇ ਜਿਹੜੇ ਨੰਬਰ ਤਮਾਮ ਹੀ ਕੱਢਣ ਦਿੰਦਾ ਜਿਹੜੇ ਪੈਸੇ ਆ ਤਿੰਨਾਂ ਰੇਟਾਂ ਦਾ ਲੱਗਦਾ ਬਾਈ ਸਾਡੇ ਕੋਲੇ ਬੰਦਾ ਹੈ ਨੀ ਕੱਢਣ ਵਾਲਾ ਬੈਸਟ ਤਾਂ ਕਰਕੇ ਜਿਹੜੀ ਅਸੀਂ ਫੈਸਲਾ ਲਿਆ ਪ੍ਰਬੰਧ ਕਮੇਟੀ ਨਾਲ ਮਿਲ ਕੇ ਜਿਹੜਾ ਕੁੱਲ ਮਿਲਾ ਕੇ ਜਿਹੜਾ 10,000 ਤੇ 200 ਰੁਪਇਆ ਉਹ ਜੱਫਿਆ ਰੇਟਾਂ ਤੇ ਲੱਗੇਗਾ ਪੈਂਦੀ ਰੇਟ ਤੇ ਵਰਿੰਦਰ ਕਰੀ ਗੱਲ ਵੀਰ ਸੁਖਬੀਰ ਜਦੋਂ ਅਸਲ ਦੇ ਵਿੱਚ ਰਿਜ਼ਲਟ ਪਤਾ ਲੱਗਦਾ ਬਾਅਦ ਦੇ ਵਿੱਚ ਸਾਰੇ ਖਿਡਾਰੀਆਂ ਦੀਆਂ ਸਾਰੀ ਰੇਡਰਾਂ ਦੀਆਂ ਜਦੋਂ ਕਬੱਡੀਆਂ ਬਰਾਬਰ ਹੋ ਜਾਂਦੀਆਂ ਫਿਰ ਜਿਹੜਾ ਨਤੀਜੇ ਦੇ ਉੱਪਰ ਬੈਠਾ ਹੁੰਦਾ 6-5 ਦੇ ਵਿੱਚ ਪੈ ਜਾਂਦਾ ਇਧਰਲੀ ਸਾਈਡ ਬਾਕੀ ਕਬੱਡੀ ਦਾ ਨਜ਼ਾਰਾ ਲੈਣਾ ਹੇ ਕਬੱਡੀ ਦਾ ਸਵਾਦ ਲੈਣਾ ਉਧਰ ਕਹਿੰਦੇ ਪ੍ਰੀਤ ਤਿਆਰ ਆ ਫਰੰਦੀਪੁਰੀਏ ਦਾ ਚੇਲਾ ਕਰਾਉਂਦਾ ਬੱਲੇ ਬੱਲੇ ਆਓ ਮੇਰੀ ਸਾਹ ਮੇਰੇ ਮਿੱਤਰੋ ਇਹਦੇ ਦੇ ਚਲੋ ਪੈਸੇ ਬਹੁਤ ਧੰਨਵਾਦ ਹੈ ਤਿੰਨਾਂ ਰੇਡਾਂ ਦਾ 500 ਤੇ ਇੱਕ ਜੱਫੇ ਦਾ ਵੀਰੋ ਗਰਾਊਂਡ ਐਂਡ ਕਲੀਅਰ ਕਰੋ ਤੁਹਾਨੂੰ ਕਬੱਡੀ ਵੇਖਣ ਦਾ ਸਵਾਦ ਆਜੂਗਾ ਉਹਨੇ ਦਿਵਾਲੀ ਦੇ ਪਟਾਕੇ ਚਲਾਉਣ ਦਾ ਸਵਾਦ ਨਹੀਂ ਆਉਣਾ ਜਿਹੜਾ ਇੱਥੇ ਪਟਾਕਿਆਂ ਦਾ ਸਵਾਦ ਆਉਣਾ ਬਹਿ ਜਾਓ ਵੀਰੋ ਇੱਕ ਵਰਗੇ ਸਾਈਡ ਹੋ ਗਏ ਆਹ ਚੂੜ ਚੱਕੀ ਮੋਟੇ ਦੀ ਪਾਈ ਹੋਈ ਰੇਡ ਵਰਿੰਦਰ ਚੱਕੀ ਮਾਈਕ ਤੇ ਕਰੀ ਮੁੰਡੇ ਦੀ ਗੱਲ ਜਿਹੜੇ ਮੋਗੇ ਦਾ ਖਿਡਾਰੀ ਇਸ ਵੇਲੇ ਮਾਝੇ ਵਾਲੇ ਦੇ ਬੋਲੇ ਹਾਂ ਧਾਵਾ ਕਬੱਡੀ ਕਬੱਡੀ ਕਰਦਾ ਕਿਉਂ ਵੱਧ ਗਏ ਕਿ ਚੱਲ ਮੇਲੇ ਨੂੰ ਚੱਲੀਏ
ਪਾਲਾ ਖੇਡ ਤੂੰ ਗੱਡੀ ਦਾ ਕਿ ਵਿੱਚ ਬੰਦਾਲੇ ਮੇਲਾ ਲੱਗਿਆ ਮਾਂ ਖੇਡ ਕਬੱਡੀ ਦਾ ਉਧਰ ਸਾਡੇ ਆਦੇਸ਼ ਵੀਰ ਸਿੰਘ ਜੀ ਨਿਊਜ਼ੀਲੈਂਡ ਵੱਡੇ ਪਿਆਰ ਸਤਿਕਾਰ ਪੁੱਜਦਾ ਕਰਦੇ ਆ ਬਹੁਤ ਬਹੁਤ ਧੰਨਵਾਦ ਆ ਵੀਰਾਂ ਦਾ ਸੋਨੀ ਦੀ ਪਾਈ ਰੇਡ ਬੁੱਕ ਦਾ ਇੰਜ ਜਿਵੇਂ ਸ਼ੇਰ ਬੁੱਕੇ ਮੇਲੇ ਵਿੱਚ ਮਿਲ ਜੂ ਬੁਲਟ ਇਹਨੂੰ ਪੰਜਾਬ ਦੇ ਕਿਸੇ ਮੇਲੇ ਵਿੱਚ ਆਹ ਮੁੰਡਾ ਕਹਿੰਦੇ ਕੋਟਰੇ ਵਾਲਾ ਸ਼ੀਰਾ ਉਹਨਾਂ ਪਿੰਡਾਂ ਰੇਡਾਂ ਦਾ ਵੱਡਾ ਮਾਣ ਸਨਮਾਨ ਹੋਵੇਗਾ ਚਾਹੇ ਫਰੰਦੀਪੁਰੀ ਗੋਪੀ ਦੀ ਟੀਮ ਹੈ ਚਾਹੇ ਡੀਪੀ ਸਾਹਿਬ ਦੀ ਟੀਮ ਹੈ ਵਰਿੰਦਰ ਕਰਿਓ ਗੱਲ ਹਾਂ ਲੋਕਲ ਵਾਲਾ ਅਰਸ਼ੇ ਸੇ ਦੇ ਕਬੱਡੀ ਭਾ ਰਹੇ ਆਹ ਮੁੰਡਾ ਕਹਿੰਦੇ ਧਰਮ ਕਿਹੜਾ ਅੱਗੇ ਦਾ ਖਿਡਾਰੀ ਜੱਜ ਟੀਮੇ ਦਾ ਪੁੱਤਰ ਤੁਸੀਂ ਕਰਦੇ ਰਾਜੂ ਕੁਲਸੀ ਨੇ ਆਖਿਆ ਪ੍ਰਬੰਧਕ ਪਿੰਡ ਲਾਗੇ ਕਰਕੇ ਆਹ ਸਾਡ ਵਾਲਿਆਂ ਨੂੰ ਐਂ ਟਾਦੇ ਜਿਵੇਂ 25 ਦੀ ਮੋਟਰ ਤੇ 855 ਆਉਂਦਾ ਕੱਟਾਂ ਦੀਆਂ ਮਾਰਦਾ ਚੰਦਰਾ ਵਿਰਕ ਸਾਉਂਡ ਮਸ਼ਹੂਰ ਹੈ ਇਧਰ ਫਰੰਦੀਪੁਰੀਆ ਤਿਆਰ ਹੈ ਵਿਚਕਾਰ ਕਹਿੰਦੇ ਭੰਗਾਲੇ ਵਾਲਾ ਸੁੱਖ ਹੈ ਉਧਰ ਸੋਨਾ ਕਹਿੰਦੇ ਨੌਜਵਾਨ ਮਸਤਗੜ੍ਹ ਦੇ ਵੱਡੇ ਮੇਲੇ ਦੀ 23 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ ਔਰ ਕਹਿੰਦੇ 24 ਤਰੀਕ ਨੂੰ 4 ਆਲ ਓਪਨ ਮੁਕਾਬਲੇ ਆਲ ਓਪਨ ਟੀਮਾਂ ਦੇ ਪਿੰਡ ਹੋਣਗੇ ਤੇ 25 ਤਰੀਕ ਨੂੰ ਕਹਿੰਦੇ ਡੀਪੀ ਸਾਹਿਬ ਜੀ ਦੀ ਟੀਮ ਦਾ ਜਿਹੜਾ ਮੁਕਾਬਲਾ ਡੀਪੀ ਸਾਹਿਬ ਜੀ ਘਰਿਆਲੇ ਦੀ ਟੀਮ ਦੇ ਨਾਲ ਖੇਡਿਆ ਜਾਵੇਗਾ ਸ਼ਹੀਦ ਭਾਈ ਵੀਰ ਸੱਦੇ ਦਿੰਦੇ ਆ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਰੇਤਲੇ ਬੰਦੇ ਕਹਿੰਦੇ ਸੁੱਖ ਦੇ ਜੱਫੇ ਦਾ ਸਾਡਾ ਵੀਰ ਹੈ ਗੁਰਵੀਰ ਜਾਂਡੀ ਕਹਿੰਦਾ ਵੀ 200 ਮਾਨ ਸਨਮਾਨ ਵੀ ਦਿੱਤਾ ਜਾਵੇਗਾ ਬਲਜੀਤ ਆ ਤੋਤਾ ਸਿੰਘ ਵਾਲੇ ਦੀ ਧਰਤੀ ਦਾ ਦੁਨੀਆਂ ਦੇ ਸਤਾਰਾਂ ਦੇ ਚਰਚੇ ਹੈ ਆਹ ਮੁੰਡਾ ਇਸੇ ਧਰਤੀ ਦਾ ਜੰਪਲ ਮੇਰੇ ਮਿੱਤਰੋ ਲੱਗੋ ਜੱਫਾ ਬੱਲੇ 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 ਕਬੱਡੀ 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 ਆਓ ਨਹੀਂ ਰੀਸਾ ਦੇ ਅਸਰ ਦੇ ਉੱਪਰ ਇਹ ਪ੍ਰਗਟ ਮਰਦ ਅਗੰਬੜਾ ਬਰਿਆਮ ਕੇਲਾ ਆਹੋ ਆਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਇਹ ਆ ਦਰਸ਼ੇਰ ਮੀਰਾ ਕੋਟੀਆ ਮੋਟਰਸਾਈਕਲ ਜਿੱਤਿਆ ਗੱਡੀਆਂ ਜਿੱਤੀਆਂ ਅਟਾਰੀ ਵਾਲੇ ਕਾਲੇ ਦਾ ਪੰਗਾ ਪੈ ਗਿਆ ਮੇਰੇ ਮਿੱਤਰੋ ਆਹ ਮੁੰਡਾ ਭਜੂ 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 ਕਰਦਾ ਘੜੀ ਦੀਆਂ ਸੂਈਆਂ ਕਿੱਤੇ 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 ਸਾਨੂੰ ਪੀਂਦਾ ਆਹ ਸਾਹਮਣੇ ਬੱਲੇ 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 ਮੇਰੇ ਪੰਜਾਬ ਦੀ ਮਿੱਟੀ ਹੈ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੀ ਧਰਤੀ ਤੇ ਲੱਗੀਆਂ ਰੌਣਕਾਂ ਹੈ ਇਸ ਵੇਲੇ ਜਿਹੜੇ ਮੋਗੇ ਦਾ ਖਿਡਾਰੀ ਚੂੜ ਚੱਕ ਪਿੰਡ ਹੈ ਮੋਟੇ ਦਾ ਉਹ 4 ਅੱਗੇ ਲਈ ਫਿਰਦਾ ਹੈ ਫਰੰਦੀਪੁਰੀ ਗੋਪੀ ਤਜਰਬੇ ਘਰ ਹੈ ਬਾਪੂ ਸਰਦਾਰ ਸਰਦੂਲ ਸਿੰਘ ਮੱਲੀ ਨੂੰ ਮਾਣ ਹੈ ਆਪਣੇ ਪੁੱਤਰ ਦੀ ਖੇਡ ਦੇ ਉੱਪਰ ਆਮ ਵਰਲਡ ਦੇ ਵਿੱਚ ਫਰੰਦੀਪੁਰ ਪਿੰਡ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਕਰ ਦਿੱਤਾ ਹੈ ਆਹ ਟੱਕਰ ਇਸ ਵੇਲੇ ਗੋਪੀ ਤੇ ਮੋਟਾ ਆਹ ਮੁਕਾਬਲਾ ਚੋਟੀ ਦਾ ਕਬੱਡੀ ਕਬੱਡੀ ਕਰਦਾ ਗੁਣ ਬਣ ਗਏ ਇੱਕ ਕੰਨੀ ਤੇ ਕਹਿੰਦੇ ਸੀਰਾ ਖੜਾ ਹੈ ਨਾਲ ਕਹਿੰਦੇ ਹਰਮਨ ਤਿਆਰ ਹੈ ਜਦੋਂ ਕਹਿੰਦੇ ਵੱਡੇ ਟੂਰਨਾਮੈਂਟ ਦੇ ਵਿੱਚ ਗੱਲ ਚੱਲਦੀ ਹੈ ਅੱਜ ਪੰਜਾਬ ਦਾ ਵੱਡਾ ਸ਼ੋਅਮੈਨ ਤੇ ਮੱਝ ਨੇ ਭੰਗਾਲੇ ਪਿੰਡ ਦਾ ਹੁਣ ਦੇਖਾਂਗੇ ਇਸ ਵੇਲੇ ਹਰਮਨ ਕਮਾਲ ਕਰੇਗਾ ਕਿ ਨਹੀਂ ਇਹਨੂੰ ਕਹਿੰਦੇ ਹੈ ਕਿ ਹਰਮਨ ਉਧਰ ਸਤਿਕਾਰ ਜੋ ਵੀਰ ਆ ਸਾਡਾ ਗੁਰਦੇਵ ਭਾਈ ਚੇਤੇ ਤੌਰ ਤੇ ਜ਼ਿੰਮੇਵਾਰੀਆਂ ਅਦਾ ਕਰ ਰਿਹਾ ਫਰੰਦੀਪੁਰੀ ਗੋਪੀ ਦੇ ਜੱਫਿਆਂ ਦਾ ਬਿਲੀਬੋਰਡ ਹਰਪਾਲ ਵੀਰ ਦਾ ਚੇਤੇ ਤੌਰ ਤੇ ਧੰਨਵਾਦ ਸਾਰੇ ਸਤਿਕਾਰਯੋਗ ਨੇ ਜਰਮਨਜੀਤ ਸਿੰਘ ਜੀ ਪ੍ਰਧਾਨ ਸਾਹਿਬ ਵੱਡੇ ਪਿਆਰ ਦੇ ਇਧਰਲੇ ਬੰਨੇ ਬਾਕੀਪੁਰੀ ਗੁਰਦਾਸ ਇਹਨੂੰ ਕਹਿੰਦੇ ਵੱਡੇ ਸਨਮਾਨ ਹੋਣਗੇ ਇਹਦਾ ਲੋਹਗੜ ਪਿੰਡ ਹੈ ਇਹਨੂੰ ਦੁਨੀਆ ਅਰਸ਼ ਅਰਸ਼ ਕਹਿੰਦੀ ਹੈ ਜ਼ਿਲ੍ਹੇ ਮੋਗੇ ਦੀ ਧਰਤੀ ਦਾ ਇਹ ਨੌਜਵਾਨ ਕਬੱਡੀ ਪਾਉਣ ਲਈ ਵਧਿਆ ਹੋਇਆ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਡੱਕ ਲੈਂਦੇ ਜਾਫੀ ਮੋਹਰੇ ਅੜ ਅੜ ਕੇ ਬਲਜੀਤ ਸਿੰਘ ਜੱਫੇ ਲਾਉਣੇ ਪੈਣੇ ਆ ਆਹ ਗੱਲਾਂ ਦੇ ਧੰਨਵਾਦ ਦਲੀਰੀ ਤੋਂ ਹਰਪਾਲ ਸਿੰਘ ਜੀ ਪੁੱਜੇ ਹੋਏ ਆ ਉਹਨਾਂ ਦਾ ਵੀ ਸਤਿਕਾਰ ਵਰਿੰਦਰ ਰੇਡ ਪੈ ਗਈ ਤੇ ਕਰੀ ਗੱਲ ਸਾਹਮਣੇ ਇਸ ਵੇਲੇ ਕਹਿੰਦੇ ਮਸਤਗੜੀ ਆਕਾਸ਼ ਕਬੱਡੀ ਭਾ ਰਹੇ ਆ ਨੌਜਵਾਨ ਦੀਆਂ ਤਿੰਨ ਰੇਡਾਂ ਤੇ 500 ਦੇ ਵੱਡੇ ਮਾਨ ਹੋਣਗੇ ਆਹ ਕੱਢੀ ਇਸ ਵੇਲੇ ਆਕਾਸ਼ ਦੀ ਕੌਟੀ ਕੌਟੀ ਵੱਡੇ ਬਜਟ ਦਾ ਮੈਚ ਹੈ ਤੇ ਤਾਂ ਵੀ ਇਹ ਨਜ਼ਾਰਾ ਜਿਹੜਾ ਨਹੀਂ ਆ ਰਿਹਾ ਬਾਰ ਬਾਰ ਦਰਸ਼ਕ ਵੀਰ ਬਾਹਰੋਂ ਆਖ ਰਹੇ ਕਿ ਹੱਥ ਜੁੜ ਗਰਾਊਂਡ ਦੇ ਖੜੇ ਜਿਹਨਾਂ ਦੀ ਡਿਊਟੀ ਉਹਨਾਂ ਨੂੰ ਪਾਸੇ ਕਰ ਦੇਵੋ ਉਹਨਾਂ ਨੂੰ ਬਿਠਾ ਦੇਵੋ ਇਧਰਲੀ ਸਾਈਡ ਕਬੱਡੀ ਕੋਰੇ ਵਾਲੀ ਇਹਦੀ ਇਹ ਟੱਕਰ ਆਹ ਇਸ ਵੇਲੇ ਫਤਿਹਗੜ੍ਹ ਸਭਰਾਵਾਂ ਵਾਲਾ ਪਰ ਸਾਹਮਣੇ ਦੇਖਾਂਗੇ ਮੈਨੂੰ ਲੱਗਦਾ ਹੈਪੀ ਨੇ ਕਮਾਲ ਕਰ ਦਿੱਤੀ ਹੈ ਇਹ ਕਹਿੰਦੇ ਜਿਹੜਾ ਆਖਰੀ ਯੁੱਧ ਹੋਇਆ ਸਿੱਖ ਉਧਰ ਸ਼ਹੀਦ ਦਲਵੀਰ ਸਿੰਘ ਦੇ ਨਾਮ ਉੱਪਰ ਵੀ ਵੱਡੇ ਪਿਆਰ ਪੁੱਜਦੇ ਕੀਤੇ ਹੈ ਵੱਡਾ ਭਰਾ ਹੈ ਸਾਡਾ ਬਾਈ ਬਲਜੀਤ ਸਿੰਘ ਜੀ ਪੰਜਾਬ ਦਾ ਬਿਲੀ ਬੋਰਡ ਜ਼ਿੰਦਗੀ ਦਾ ਮਾਣ ਵੱਡੇ ਪਿਆਰ ਜ਼ਰੂਰੀ ਦਿਨ ਹੈ ਆਪਣੇ ਪਰਿਵਾਰ ਲਈ ਤੇ ਮੈਨੂੰ ਲੱਗਦਾ ਤੁਸੀਂ ਬੜੇ ਜ਼ਰੂਰੀ ਰੁਝੇਵਿਆਂ ਵਿੱਚੋਂ
एक बार साड़ी मां खेड कबड्डी का मान बन के आए हो ताड़ा धन्यवाद है जरमनजीत सिंह दुनिया नूं स्वाद लै लैण दे कृपा करके लग फरंदीपुरी एक बार पता लगे भी अज दिवाली है ते पटाके भंगाले विच ग्राउंड च पई जांदे आ आ चूड़ चकिया मोटा भी कहिंदे कि टॉप दा रेडर आउण वाले समें दा इधर चूड़ चकिया साढ़े वीर चानण सिंह जी फरंदे आ सुख दे जफे दा 500 मान सम्मान दिता जाएगा बाबा प्रभजोत सिंह जी के नाल चेचे तौर से दरम्यान पुजे है उनका भी सत्कार करांगे आप पट्टी शहर का कहते जमीन कहते नौजवान अर्श लोहगढ़ की धरती का कबड्डी पा रहा है पिछले दिन कहते गुरप्रवेश भरा ने मेला करवाया यारा का कबड्डी कप होया कहते बस्ती वकीलों वाली दे विच ते लाल हीरे का खुला खाड़ा वीर ने कहते चिब कढ़ दे कप वाले आ जफे का वड्डा सन्मान आ जफे का वड्डा सन्मान मेरे मित्रों ताड़िया मार दे एक बारी सुख बंगाले लई आ मुंडा बल्ले बल्ले करवा गया और इस गबरू के उपर अज वे सन्मान भी होने हैं बाबा प्रभजोत सिंह जी चानण सिंह जी दो 1000 होर वीर ने भी लाए पैसे मेरी बेनती है 500 पहुंचा कर दे फरंदीपुरी गोपी की टीम दे नंबर है 19 ना मैच चल रहा एक बार जोरदार ताड़िया मारो वरिंदर बोल तेरे हो इस नौजवान सत्कार जो सरदार जज कैंटिया की बॉडी वाइब्रेट कर दी पीवी कत्ती वाले दोवे इकट्ठे हो गए और पीवी कत्ती वाला इस वे कबड्डी पा रहा पर कोटने वाला ए सीरा आओ सीरा दोवे मानसे ने घर दे पेतिया मेरे मित्रों सिद्ध सिंगर ने नौजवान दिलों की धड़कन आख्या जाता है इधरली साइड कबड्डी पै गई है कोरे वाली सुखबीर के नहीं लेखा कोई पिथों वाले चार भरावान का हस हस रेडा पाउंदा सुखबीर सरावान का खास कबड्डी पा रहा है भाई सरजीत और जोत सिंह वाले तो सारा पिंड पुजा हुआ है 15 तरीक नूं कहिंदे रौनकां लगणियां कहिंदे जोत सिंह वाले दे विच आ समें कबूतर का चेला मित्र बाबा सुंदर सिंह का मेला चल रहा गोपी फरंदीपुरी दे इको जफे का 1000 दिता जाएगा मेरे मित्र जरमनजीत जी प्रधान सरसरी प्रबंध कमेटी वालों आ पैंदी रेड मेरे मित्र ये दुनिया का टॉप द रेडर खिलाड़ी कबड्डी कबड्डी घर का गिण बन गए और देखा कि इस वे सत्ती है नौजवान कहते सत्ती समाओ पिंड वाला सुचे सुरमे की गाथा बड़ी वड्डी है वड्डे वड्डे सिंगर ने बयान किया है दूसरे बन्ने फरंदीपुरी आ हिमालय पर्वत की टीम जी है गजल पिंड मेला होगा उसे आप सब सदे है तिने वे मेले अज का वाला मेला 15 तरीक का बहुत वाला मेला है मेरे मित्रों जरा कहते जोत सिंह वाले पिंड होना है फिर 29 वाला मेला है फिर माझे का टॉप का कप 21 दिसंबर नथू चक होगा इधर प्रीत है चूड़ चकिया मोटा है आओ चूड़ चकिया मोटा है संत बाबा जरनैल सिंह की तस्वीर बनाई है और रेड मीरा कोटिए दी ते काला पहुट टारी वाला खेड आया इंग्लैंड के मैदान उन्होंने बहुत वड्डा सत्कार है इधरली साइड राजू पुलसिए भरा ने आख्या गोली दिया तिना रेडा दे 500 देना है लास्ट कबड्डी 500 की पैसे लास्ट कबड्डी 500 की साढ़े बलजीत प्रधान के नाल सिकंदर सिंह जी चीमा ट्रक यूनियन के प्रधान साढ़े लालजीत सिंह भुल्लर साहब और सत्कार कहते ट्रांसपोर्ट मंत्री साहब मान है मेरे मित्रों आ पैंदी फिर रेड है बाकी पुरी पिंड फोड़ दिता मेरे मित्रों के बुकदा इन जमें शेर बुके मेले में रमवीरा कोटिया कबड्डी पा रहा है संतू नंगल दे मेले तो लंडी जीव जीती है मुरली गली दे बलजिंदर पिंडर दा चहेता मेरे मित्रों आ माला कहिंदे घोलिए वाला हरमन सिद्ध कबड्डी दे विच पंजाब दे वड्डे मेलियां दी वड्डे टूरनामेंटां दी शान है तिकड़ी अपने समय दे प्रसिद्ध कबड्डी खिलाड़ी ने इधरली साइड बलजीत दी कबड्डी पै गई है वड्डे दिल वाला भरा है साडा राजू पुलसिया ऐलान करवाउंदा सुख टीमां जिन्ने जफे लावेगा हर जफे दा 1000 दित्ता जावेगा इधरली साइड कबड्डी दी ते टक्कर गोपी 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 आओ फरंदीपुरी
वेट कर ली तेरा बहुत बहुत धन्यवाद बहुत बहुत धन्यवाद बोलेंगे आओ सारे वीर का सत्कार कर दे बाकी प्रिय गुरदास की कबड्डी पै रही है ये मेला तुर फिर के वेखो मेरे मित्र कबड्डी तुर चकी है मोटे दी रेड ते खाली कर रही है इस वेले जिहड़े मोगे दा खिलाड़ी कबड्डी कबड्डी करदा पिंड बन गए सारे पिंड तों माफी चाहवांगे सारा पिंड शीरा मेरे मित्रों खेलना एक बड़े जफे लाने वाला जाफिया परोट ने बाज वर्गा पंजाब पुलिस का बहुत बहुत धन्यवाद है साडे चौंकी इंचार्ज साहब जी का उन्होंने सारे साथियों का उधर जरमनजीत सिंह जी प्रधान जी का शिकंदर सिंह जी ट्रक यूनियन के प्रधान सारे वीर ने साडे प्रभजोत बाबा जी आओ पैंदी परेड ओ मुंडा 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 भंगारे वाला तारियां बजणगियां गोली पज 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 आओ नंबर धन्यवाद है जिन्हों का प्यार है डीपी संधु जी के नाल काली मेहदीपुरी चेचे तौर पर आया है इधरली साइड मीरा कोटिया कबड्डी पा रहे इधर साढ़े सत्कारयोग ने वड्डे वीर जसवीर सिंह जी चक्की वाले वड्डा प्यार पैदा करते हैं जाली के चंगे लगते है रियल कटने बहुत दिलों प्यार कर रहा है वड्डे रोल ने अज्ज दे शो मैच लई उधर बलजीत भाई होरां दा गुरदेव भाई होरां दा जरमनजीत सिंह जी प्रधान होरां दा सारे चेचे तौर पर वीरों का धन्यवाद है मेरे मित्रों खेड कबड्डी वड्डी आ बाकी प्रिया गुरदास है अटारी वाला काला भाऊ कमाल शाह जी जरजीत सिंह जी साडे वीर आर पी एस साहब ते गुरदेव सिंह जी गुरु घर दी प्रबंधकी कमेटी दा धन्यवाद करदा है गुरसेख सिंह जी गुरसाहिब सिंह जी हीरा सिंह जी अमरजीत सिंह जी जगदीश सिंह जी कुलदीप सिंह जी धर्मिंदर सिंह अंग्रेज सिंह कुलविंदर सिंह गोरा वीर नाल सरदार सरजीत सिंह जी भगाला आम पार्टी तो सोशल मीडिया वर्कर नाल गुरविंदर धार नरवैर सिंह ते हरमन सिंह सारिया का बहुत बहुत धन्यवाद यार आ गई यार आप आप ही अपना मेला खराब कर लिया आप आप ही सारे ने ना बुला बुला के मेरे सारा बैच कराउण दे आ के कबड्डी खराब कर ली यार किसी प्लेयर से सट लग जाओ वीर बन के बाहर चले जाओ यार ग्राउंड क्लीयर कर दी है वीर जी हम सारे ने नाम बोल दिते कोई गुस्सा ना करे हम जिन्ना को मैच का समा बाकी है कबड्डी की गल कर ले बलविंदर जीत सिंह जी सैकटरी भंगाला अंग्रेज सिंह जी आड़ती भंगाला इन्हों का बहुत बहुत धन्यवाद है सारे वीर ने साडे भाई मैनू लगता प्लेयर पासे कर दिए उदा खड़े ग्राउंड मैच बहुत वधिया जा रहा बस सारे दर्शक ग्राउंड दे विच आ चुके आ हले पिया जफ्फियां तो थोड़ी जी प्रॉब्लम होंदी आ ग्राउंड दे विच आ वेखो तुसीं इत्थे ग्राउंड च बाई खड़े आ जे थोड़ा लाइन तो पिछे खड़ जाओ किड्डी गल आ यार की फायदा एडा इन्ने रुपये ला के एडे वड्डे प्लेयर सट के ऐडा वड्डा कट करके ग्राउंड दे विच ही आ जाना फिर कबड्डी कराउण दी गल नहीं बनदी यार वीर बन के यार खड़ना जंगले तो तुसी सारे ग्राउंड च खड़ गए दर्शक भरावां नूं मेरी बेनती बस एक एक रेड रह गई है बाई हुण सारे वीरां नूं बेनती वी सारे ग्राउंड च आ जाओ कबड्डी एक एक रह गई आ हां ये प्लेयर वाली मैदान है बाई जे प्लेयर आ गए तां आपां आए आ सारे बाबा सुंदर सिंह दा मेला प्रबंध भी वधिया बरकरार रहे ये किसी भी मेले ते जाना थोड़ा प्लीज आप ही प्यार नाल मैं दर्शन किए कुलदीप सिंह सरपंच होरां दे आओ खड़े आराम नाल साइड ते जाके जिहड़े कबड्डी नूं दिलों प्यार करदे ने ओह कदे आके ग्राउंड दे विच बिना वजह नहीं खड़दे इहो जिहे सारे वीर आपां सिखिया करिए आओ तगड़े तगड़ा जफ्फा पर फैसला तुहानूं मैं की दस्सां मैं अज्ज फांसी बड़ा गया फिलहाल मैंने जिता की बैस्ट कौन निकलिया जिता रहे किसी ने नहीं दसिया भी कि एक जरा पॉइंट हैंडल वेख के जो होल्ड आ पॉइंट वो वेख के फिर जिता जानी अच्छे काफ़ी टाइम हो गया सारे ग्राउंड खाली हो चुकी है पर फिर हम वेखन दे नहीं करना अच्छ फिर मैच का फैसला
ਸਾਡੇ ਚੋਲੇ ਵਾਲੇ ਦੇ ਬਲੌਗ ਤੋਂ ਵੇਖ ਕੇ ਆਉਣ ਲੱਗਾ।